अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा जिले की पुलिस टीम पर बुधवार को हमले की वारदात सामने आई है। पुलिस के मुताबिक प्रदेश की सीमा से सटे हरियाणा के सिरसा जिले में गांव देसो जोधा में ड्रग तस्करों को पकड़ने के लिए गई थी। वहां ग्रामीण पुलिस कार्रवाई के विरोध में उतर आए, बावजूद इसके पुलिस टीम नहीं रुकी तो लोगों ने पुलिस वालों पर हमला कर दिया। टीम को महिला पुरुषों ने लाठी डंडों से बुरी तरह पीटा और यहाँ तक की गोली भी चलाई। पुलिस ने भी जवाबी कार्रवाई में फायरिंग की, एक पुलिस वाले और एक ग्रामीण को गोली लगी जिनमें से ग्रामीण की मौत हो गई, साथ ही छह पुलिस वाले और भी घायल हुए हैं। घटना के बाद गांव में भारी तनाव बना हुआ है। थाना रामा में केस दर्ज करने के बाद जब आरोपियों से पूछताछ की गई तो उसमें देसो जोधा के एक युवक का नाम आया। इसी आधार पर पुलिस बुधवार सुबह उसे गिरफ्तार करने के लिए गांव में पहुंची थी। इस दौरान आरोपी तो भाग गया मगर वहां ग्रामीणों ने पुलिस टीम पर हमला कर दिया। तनाव इतना बढ़ गया कि पुलिस पर ग्रामीणों ने हमला कर दिया। इसके बाद पुलिस भी हरकत में आई और दोनों ओर से गोलियां चल पड़ी। इस वारदात में गांव के जगदा सिंह नाम के एक व्यक्ति की गोली लगने से मौत हो गई। छाती में गोली लगने के बाद गंभीर जख्मी कांस्टेबल कमलजीत सिंह को मैक्स अस्पताल में दाखिल करवाया गया है। इसके अलावा एएसआई जसकरण सिंह, हरजीवन, एएसआई गुरतेज सिंह, सुखदेव सिंह, कांस्टेबल हरमीत सिंह व एक महिला पुलिस कर्मी भी घायल हो गए हैं। इस संबंध में सिरसा पुलिस ने केस दर्ज करते हुए पड़ताल शुरू कर दी है। चुनाव के समय में जब हथियार पास रखने की अनुमति नहीं है तो ऐसे में ग्रामीणों के पास हथियार कहां से आए, यह बड़ा सवाल है। पुलिस तो गोली बजी है ना, क्यों बजी, मारी का तो मारी है, का तो मारी है, गुड़िया गुड़िया छाते का तो मारी है, छाते यार छाते, एक मिनट चलो उधर ले, चलो ਇਹ ਰਾਮਾ ਪੁਲਿਸ ਸਟੇਸ਼ਨ ਦੇ ਵਿੱਚ ਪਰਸੋਂ 6000 ਗੋਲੀਆਂ ਫੜੀਆਂ ਸੀ, ਕੇਸ ਰਜਿਸਟਰ ਕੀਤਾ ਸੀਗਾ। ਉਹਦੇ ਵਿੱਚ ਦੋ ਮੁਲਾਜ਼ਮ ਨੇ, ਦੋ ਬੰਦੇ ਇਹਨਾਂ ਨੇ ਫੜੇ ਸੀਗੇ ਜਿਹੜੇ ਬੰਦੇ ਦੋਸ਼ੀ ਸੀਗੇ। ਉਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਆਇਆ ਸੀਗਾ ਬੰਦਾ ਸੁਜੋਧਾ ਦਾ, ਉਹ ਕੱਲ੍ਹ ਨੋਮੀਨੇਟ ਕੀਤਾ ਗਿਆ ਸੀਗਾ। ਉਹਦੀ ਇਨਫੋਰਮੇਸ਼ਨ ਸੀ ਕੱਲ੍ਹ ਕਿ ਬਾਰਡਰ 'ਤੇ ਆਇਆ ਹੋਇਆ ਹੈਗਾ ਪੰਜਾਬ ਦੇ ਡਬਲ ਦੇ ਨਾਲ। ਉੱਥੇ ਅੱਜ ਸਵੇਰੇ ਇਹਨਾਂ ਰੇਡ ਕੀਤੀ ਸੀਗੀ, ਉਹਨੂੰ ਜਦੋਂ ਫੜਨ ਲੱਗਿਆ ਤਾਂ ਉਹ ਭੱਜ ਕੇ ਅੱਗੇ ਚਲਾ ਗਿਆ। ਜਦੋਂ ਗੱਡੀ ਦੇਖੀ ਨੇ ਤੇ ਇਹਨਾਂ ਨੇ ਪਿੱਛਾ ਕੀਤਾ ਤਾਂ ਉਹ ਪਿੰਡ ਦੇ ਵਿੱਚ ਚਲਾ ਗਿਆ ਤੇ ਉੱਥੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਤੇ ਉਹਨਾਂ ਨੂੰ, ਜਿਹੜਾ ਬੰਦਾ ਸੀਗਾ ਜਿਹੜਾ ਪਹਿਲਾਂ ਫੜਿਆ ਹੋਇਆ ਸੀਗਾ ਗਗਨਦੀਪ ਨਾਲ ਲੈ ਗਿਆ ਸੀ, ਉਹਨੂੰ ਵੀ ਛੜਾ ਲਿਆ ਤੇ ਕੋਰਟ ਰੂਮ ਕੀਤਾ। ਜਿਹੜਾ ਸਰ ਉੱਥੇ ਜਿਹਨੂੰ ਫੜਨਾ ਸੀ ਉਹਦਾ ਕੀ ਨਾਮ ਸੀ ਤੇ ਘਟਨਾ ਹੋਈ ਕਿਵੇਂ ਜੀ? ਇਹ ਕਲਵਿੰਦਰ, ਉਹਦਾ ਨਾਮ ਕਾਂਤੀ ਹੈ, ਦੇਸੀ ਜੋ ਤਾਂ ਪਿੰਡ। ਹਾਂਜੀ, ਦੇਸੀ ਜੋ ਤਾਂ ਪਿੰਡ। ਪੁਲਿਸ ਤੇ ਅਟੈਕ ਕਿਵੇਂ ਕੀਤਾ ਜੀ ਉਹਨਾਂ ਨੇ ਸਟਾਰਟਿੰਗ ਕਿੱਥੋਂ ਹੋਈ? ਇਹ ਜਦੋਂ ਪਿੰਡ ਦੇ ਵਿੱਚ ਗਏ ਆ, ਜਦੋਂ ਉਹ ਭੱਜ ਗਿਆ ਹੈਗਾ ਪਿੰਡ ਦੇ ਵਿੱਚ, ਤਾਂ ਉੱਥੇ ਜਦੋਂ ਪਹੁੰਚ ਗਏ ਤਾਂ ਪਿੰਡਾਂ ਵਾਲੇ ਰੌਲਾ ਪਾ ਕੇ ਉਹਨੇ ਪਿੰਡਾਂ ਨੇ ਇਕੱਠੇ ਕਰ ਲਏ। ਸਰ ਜੀ ਕਿੰਨੇ ਬੰਦੇ ਦੇ ਵਿੱਚ ਜ਼ਖਮੀ ਹੈ ਸਾਰੇ ਪੁਲਿਸ ਵਾਲੇ ਜਾਂ ਹੋਰ ਕੋਈ? ਸਾਡੇ ਪੁਲਿਸ ਵਾਲੇ ਸਾਰੇ ਬੰਦੇ ਨੇ ਸੱਟਾਂ ਲੱਗੀਆਂ। ਕਿੰਨੇ ਬੰਦੇ ਨੇ ਸਰ? ਇਹਦੇ ਰੇਡ ਮਾਰਨ ਤੋਂ ਪਹਿਲਾਂ ਹਰਿਆਣਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਜਾਂ ਪਿੱਛਾ ਕਰ ਰਹੇ ਸੀਗੇ? ਇਹ ਪਿੱਛਾ ਕਰ ਰਹੇ ਸੀਗੇ। ਪਿੱਛਾ ਕਰ ਰਹੇ ਸਰ? ਕੋਈ ਡੈਥ ਨਹੀਂ ਹੋਈ ਸਰ ਪਿੰਡ ਦੇ ਬੰਦੇ ਦੀ? ਸਰ ਆਪਣੇ ਕਿਸੇ ਬੰਦੇ ਦੀ ਹਾਲਤ? ਸਰ ਜਿਹੜੇ ਗੋਲੇ ਜਿਹੜੇ ਹਥਿਆਰ ਖੋ ਕੇ ਚਲਾਏ ਗਏ ਜੀ? ਇੱਕ ਬੰਦੇ ਤੇ ਗੋਲੀ ਲੱਗੀ ਹੈਗੀ ਹੈ, ਉਹਦੀ ਹਾਲਤ ਠੀਕ ਹੈ, ਸਥਿਰ ਹੈ, ਪਰ ਅੰਡਰ ਆਬਜ਼ਰਵੇਸ਼ਨ। ਉਸਦੇ ਕੋਲ ਸੀ ਮਿਲ ਕੀ ਹੋ ਗਿਆ? ਇਹ ਹੁਣ ਤਫਤੀਸ਼ ਦੇ ਵਿੱਚ ਪਤਾ ਲੱਗੇਗਾ। ਨਹੀਂ, ਉਧਰੋਂ ਫਾਇਰਿੰਗ ਹੋਈ ਹੈ ਜੀ, ਉਹਨਾਂ ਕੋਲ ਹਥਿਆਰ ਸੀ ਕੀ ਸੀ? ਸਰਸਾ ਪੁਲਿਸ ਦੇਖ ਰਹੀ ਹੈਗੀ ਹੈ। ਹਾਂਜੀ, ਕੁਝ ਪਤਾ ਸਰ ਪਿੰਡ ਦਾ ਬੰਦਾ ਕੋਈ? ਜਗਤ ਸਿੰਘ ਦੇਖ ਨਹੀਂ ਸਰ? ਜਗਤ ਸਿੰਘ ਦੀ ਕੋਈ? ਜਗਤ ਸਿੰਘ ਨਾਲ ਸਰਸਾ ਪੁਲਿਸ ਦੇਖ ਰਹੀ ਹੈ ਕੀ ਹੋ ਰਿਹਾ ਸਰ? ਜਿਹੜੇ ਹਥਿਆਰ ਨਾਲ ਗੋਲੀ ਚਲਾਈ, ਉਹਨਾਂ ਹਥਿਆਰ ਆਪਣੇ ਸੀ ਜੀ?
ਨਹੀਂ ਜਿਹੜੇ ਸਾਡੇ ਕੋਲ ਮੁਲਾਜ਼ਮਾਂ ਦੇ ਹਥਿਆਰ ਸੀਗੇ ਸਾਡੇ ਕੋਲ ਆਪਣੇ ਸੀਗੇ ਉਹ ਪਿੰਡ ਵਾਲਿਆਂ ਦੇ ਆਪਣੇ ਸੀਗੇ ਉਹਨਾਂ ਨੇ ਜਿਹੜੇ ਚਲਾਏ ਹੈਗੇ ਨਹੀਂ ਦੋਨੋਂ ਤਰਫ ਇਹ ਹੁਣ ਸਰਸਾ ਪੁਲਿਸ ਦੇਖਦੀ ਹੈ ਸਰਸਾ ਪੁਲਿਸ ਸਰ ਇਹ ਕਿੰਨੇ ਵਜੇ ਦੀ ਘਟਨਾ ਹੈਗੀ ਤੇ ਪੁਲਿਸ ਕਿੰਨੇ ਵਜੇ ਕਿੰਨੇ ਬੰਦੇ ਦੀ ਟੋਟਲ ਟੀਮ ਗਈ ਸੀ ਤੁਹਾਡੀ ਇਹ ਸਾਡੀ ਸੱਤ ਬੰਦੇ ਦੀ ਟੀਮ ਗਈ ਸੀ ਸਵੇਰੇ ਸਾਢੇ ਛੇ ਸਵਾ ਛੇ ਸਾਢੇ ਛੇ ਤੇ ਸੱਤੇ ਬੰਦੇ ਜ਼ਖਮੀ ਹੈ ਜੀ ਹਾਂ ਸੱਤੇ ਬੰਦੇ ਜ਼ਖਮੀ ਕਿੰਨੀ ਸਰ ਕਿੰਨੀ ਗੰਭੀਰ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਚੱਲੇਗੀ ਜੀ ਕਾਰਵਾਈ ਅਸੀਂ ਜੋ ਇੰਸੀਡੈਂਟ ਹੋਇਆ ਉਹਦਾ ਅਸੀਂ ਕੇਸ ਰਜਿਸਟਰ ਕਰਵਾ ਰਹੇ ਹੈਗੇ ਓਹਦੇ ਕੋਲੋਂ ਲੈ ਕੇ ਆਂਦਾ ਮਾਲ ਤੇ ਓਹਦੇ ਕੋਲ ਹੋਰ ਹੈਗਾ ਕਿਹੜਾ ਮਾਲ ਜੀ ਕੀ ਮਾਲ ਹੈਗਾ ਜੀ ਕਿੰਨਾ ਮਾਲ ਜਿਹੜੀਆਂ ਗੋਲੀਆਂ ਯੂਜ ਕਰਦੇ ਆ ਇਹ ਹਾਂਜੀ ਉਹ ਗੋਲੀਆਂ ਦੀ ਇਨਫੋਰਮੇਸ਼ਨ ਸੀ ਅੱਛਾ ਜੀ ਤੇ ਇੱਕੋ ਹੀ ਬੰਦੇ ਨੂੰ ਫੜਨ ਜਾਣਾ ਸੀ ਜਾਂ ਹੋਰ ਵੀ ਕੋਈ ਹੈਗੇ ਬੰਦੇ ਇੱਕੋ ਹੀ ਬੰਦਾ ਸੀ ਜੀ ਨਾਮ ਕੀ ਜੀ ਦਾ ਦੱਸਿਆ ਮੈਂ ਕੁਲਵਿੰਦਰ ਕਾਂਤੀ ਠੀਕ ਹੈ ਸਰ ਥੈਂਕ ਯੂ कैमरामैन कपिल शर्मा और कुलविंदर के साथ अनिल कुमार की रिपोर्ट अगर आपने हमारे चैनल को सब्सक्राइब नहीं किया है तो इसे सब्सक्राइब कर लें।